ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਜ਼ਾਦੀ ਗੁਲਾਟੀਆਂ ਨੂੰ ਘਰ-ਘਰ ਜਾ ਸਨਮਾਨਿਤ ਕੀਤਾ ਗਿਆ। ਇਸੇ ਕੜੀ ਵਿੱਚ ਅੱਜ ਆਦਮਪੁਰ ਦੇ ਨਜ਼ਦੀਕੀ ਪਿੰਡ ਭਗਵਾਨਪੁਰ ਵਿਖੇ ਆਜ਼ਾਦੀ ਗੁਲਾਟੀਏ ਜਵਾਹਰ ਲਾਲ ਸ਼ਰਮਾ ਨੂੰ ਸਾਂਝੇ ਤੌਰ ਤੇ ਨਾਇਬ ਤਹਿਸੀਲਦਾਰ ਆਦਮਪੁਰ ਵਰਿੰਦਰ ਪਾਟਿਆ ਅਤੇ ਨਾਇਬ ਤਹਿਸੀਲਦਾਰ ਭੋਗਪੁਰ ਮਨਦੀਪ ਸਿੰਘ ਹੁੜਾ ਵੱਲੋਂ ਘਰ ਪਹੁੰਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਆ ਨਾਇਬ ਤਹਿਸੀਲਦਾਰ ਆਦਮਪੁਰ ਵਰਿੰਦਰ ਪਾਟਿਆ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਪਤ ਆਦੇਸ਼ਾ ਮੁਤਾਬਕ ਅੱਜ ਉਹ ਮਾਨਯੋਗ ਜਵਾਹਰ ਲਾਲ ਸ਼ਰਮਾ ਜੀ ਦੇ ਗ੍ਰਹਿ ਵਿਖੇ ਪਹੁੰਚ ਆਜ਼ਾਦੀ ਦਿਵਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਕਰ ਆਪਣੇ ਆਪ ਤੇ ਫਕਰ ਮਹਿਸੂਸ ਕਰ ਰਹੇ ਹਨ ਇਸ ਮੌਕੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਾਣ ਹੈ ਕਿ ਜਵਾਹਰ ਲਾਲ ਜੀ ਵਰਗੇ ਮਹਾਨ ਆਜ਼ਾਦੀ ਘੁਲਾਟੀਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਦੇਸ਼ ਦਾ ਮਾਰਗਦਰਸ਼ਨ ਕਰ ਰਹੇ ਹਨ ਇਸ ਮੌਕੇ ਵਿਸ਼ੇਸ਼ ਤੌਰ ਤੇ ਕ੍ਰਾਂਤੀ ਸ਼ਰਮਾ ਤੇ ਸੰਜੇ ਸ਼ਰਮਾ ਵੀ ਮੌਜੂਦ ਰਹੇ ਜੀ ਕੀ ਮਾਨਯੋਗ ਜਵਾਰ ਲਾਲ ਜੀ ਜੋ ਕਿ ਸਾਡੇ ਸੁਤੰਤਰਤਾ ਸਨਾਨੀ ਹੈਗੇ ਆ ਇਹਨਾਂ ਦਾ ਸਨਮਾਨ ਕਰਨ ਲਈ ਤੁਸੀਂ ਉਚੇਚੇ ਤੌਰ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਸਨਮਾਨ ਕਰੋ ਸਾਨੂੰ ਇਹ ਬਹੁਤ ਫਕਰ ਮਹਿਸੂਸ ਹੋਇਆ ਇੱਥੇ ਆ ਕੇ ਅਸੀਂ ਇਦਾਂ ਦਾ ਸਾਡਾ ਮਨ ਪਰਫੁੱਲਤ ਹੋਇਆ ਦੇਖ ਕੇ ਕਿ ਇੱਦਾਂ ਸਾਡੇ ਜਿਹੜੀ ਆਪਾਂ ਸਾਹ ਲੈ ਰਹੇ ਆ ਆਜ਼ਾਦੀ ਦੀ ਹਿੱਸਾ ਉਹ ਇਹਨਾਂ ਦੀ ਬਦੌਲਤ ਲੈ ਰਹੇ ਆ ਇਸ ਦੇ ਨਾਲ ਸਾਨੂੰ ਆਪਾਂ ਜਿਹੜਾ ਇਹਨਾਂ ਨੂੰ ਸਨਮਾਨ ਸਾਡੇ ਮੌਕਾ ਮਿਲਿਆ ਸਨਮਾਨ ਕਰਨ ਦਾ ਅਸੀਂ ਆਪਣੇ ਆਪ ਤੇ ਬਹੁਤ ਮਾਣ ਤੇ ਫਕਰ ਮਹਿਸੂਸ ਕਰ ਰਹੇ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਨੂੰ ਇਹਨਾਂ ਨੇ ਅਸ਼ੀਰਵਾਦ ਦਿੱਤਾ ਇਸ ਦੇ ਨਾਲ ਹੀ ਆਪਾਂ ਕਹਿੰਨੇ ਇਹਨਾਂ ਦੀ ਪ੍ਰਮਾਤਮਾ ਹੋਰ ਲੰਬੀ ਉਮਰ ਕਰੇ ਇਹਨਾਂ ਦਾ ਜਿਹੜਾ ਸਾਯਾ ਵਾ ਸਾਡੇ ਸਿਰ ਤੇ ਰਹੇ ਇਹਨਾਂ ਦੇ ਸਦਕੇ ਅਸੀਂ ਇਹ ਜਿਹੜੀ ਇੱਥੇ ਆਪਾਂ ਆਜ਼ਾਦੀ ਦੀ ਸਾਹ ਲੈ ਰਹੇ ਆ ਹਿੰਦੁਸਤਾਨ ਦੇ ਵਿੱਚ